ਮਨ ਕੀ ਬਾਤ ਪ੍ਰੋਗਰਾਮ ਦੇ 99 ਐਪੀਸੋਡ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਦੀ ਲੋਹਾਰਕਾ ਰੋਡ ਸਥਿਤ ਰਣਜੀਤ ਵਿਹਾਰ ਵਿੱਚ ਰਹਿੰਦੇ ਖੇਤੀਬਾੜੀ ਡਿਵੈਲਪਮੈਂਟ ਆਫਸਰ ਸੁਖਵੀਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਸੁਪਰੀਤ ਕੌਰ ਨਾਲ ਲਾਈਵ ਗੱਲਬਾਤ ਕੀਤੀ ਹੈ ਉਕਤ ਜੋੜੇ ਨੇ ਆਪਣੀ 39 ਦਿਨਾਂ ਦੀ ਤੀ ਆਬਾਵਤコーデ ਅੰਗਦਾਨ ਕਰਕੇ ਇੱਕ ਮਿਸਾਲੀ ਇਤਿਹਾਸ ਸਿਰਜਿਆ ਜਿਸ ਦੇ ਚਲਦਿਆਂ ਆਬਾਵਤ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਅੰਗਦਾਨ ਕਰਨ ਵਾਲੀ ਡੋਨਰ ਬਣੀ ਜਿਸ ਤੇ ਅੰਗ ਸਫਲਤਾਪੂਰਵਕ ਪੀਜੀਆਈ ਚੰਡੀਗੜ੍ਹ ਵਿਖੇ ਕਿਸੇ ਹੋਰ ਮਰੀਜ਼ ਨੂੰ ਟ੍ਰਾਂਸਪਲੈਂਟ ਕੀਤੇ ਜਾ ਸਕੇ ਹਾਲਾਂਕਿ ਟ੍ਰਾਂਸਪਲੈਂਟ ਦੌਰਾਨ ਡਾਕਟਰਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਮਨ ਕੀ ਬਾਤ ਪ੍ਰੋਗਰਾਮ ਉਪਰੰਤ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਾਂ ਸੁਖਵੀਰ ਸਿੰਘ ਸੰਧੂ ਅਤੇ ਸੁਪਰੀਤ ਕੋਰ ਨੇ ਦੱਸਿਆ ਕਿ ਆਵਾਵਤ ਕੌਰ ਦਾ ਜਨਮ 28 ਅਕਤੂਬਰ ਨੂੰ ਹੋਇਆ ਸੀ ਅਤੇ ਆਪਣੇ ਜੀਵਨ ਦੇ ਪਹਿਲੇ 24 ਦਿਨ ਤੱਕ ਉਹ ਪੂਰੀ ਤਰ੍ਹਾਂ ਤੰਦਰੁਸਤ ਰਹੀ ਇਸ ਦੇ ਬਾਅਦ ਉਸ ਨੂੰ ਦਿਲ ਦਾ ਦੌਰਾ ਪੈਣ ਤੇ ਜਦੋਂ ਉਸ ਦੀ ਡਾਕਟਰੀ ਜਾਂਚ ਕਰਵਾਈ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਅਬਾਬ ਦੇ ਦਿमाग ਵਿੱਚ ਨਾੜੀਆਂ ਦਾ ਅਜਿਹੇ ਗੁੱਛਾ ਬਣ ਰਿਹਾ ਹੈ ਜਿਸ ਨਾਲ ਉਸ ਦੇ ਦਿਲ ਦਾ ਆਕਾਰ ਵੱਡਾ ਹੋ ਰਿਹਾ ਹੈ ਉਹ ਆਪਣੀ ਮਾਸੂਮ ਬੱਚੀ ਨੂੰ ਇਲਾਜ ਦੇ ਲਈ ਪੀਜੀਆਈ ਲੈ ਕੇ ਆਏ ਪਰ ਡਾਕਟਰਾਂ ਨੇ ਦੱਸਿਆ ਕਿ ਜੇਕਰ ਉਹ 6 ਮਹੀਨਿਆਂ ਤੱਕ ਬਚ ਜਾਂਦੀ ਤਾਂ ਉਸ ਦੀ ਸਰਜਰੀ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਐਨੇ ਛੋਟੇ ਬੱਚੇ ਦੀ ਸਰਜਰੀ ਕਰਨਾ ਸੰਭਵ ਨਹੀਂ ਹੈ ਜਦੋਂ ਉਹ ਸਿਰਫ 39 ਦਿਨਾਂ ਦੀ ਸੀਤਾ ਉਹ ਇਸ ਸੰਸਾਰ ਨੂੰ ਛੱਡ ਗਈ। ਉਹਨਾਂ ਨੇ ਇਸ ਬੱਚੀ ਦੇ ਅੰਗਦਾਨ ਕਰਨ ਦਾ ਪ੍ਰੇਰਣਾਦਾਇਕ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਆਵਾਵਤ ਦੀ ਬਦੌਲਤ ਪੀਜੀਆਈ ਵਿੱਚ ਦਾਖਲ ਇੱਕ ਹੋਰ ਮਰੀਜ਼ ਨੂੰ ਨਵੀਂ ਜ਼ਿੰਦਗੀ ਮਿਲੀ ਹੈ। अजीत ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਬਹੁਤ ਸਾਡੇ ਲਈ ਗਰਵ ਦੀ ਗੱਲ ਹੈ ਜੀ ਕਿ ਮੇਰੀ ਉਮਰ ਆਪਣੀ 39 ਸਾਲ ਹੈ। ਮੈਂ ਆਪਣੇ ਪੇਰੈਂਟਸ ਨੂੰ ਨਾ ਨੀ ਰੌਸ਼ਨ ਕਰ ਸਕਿਆ ਅਜੇ ਤੱਕ ਜਿੰਨਾ ਮੈਂ 39 ਦਿਨ ਵਿੱਚ ਮੇਰੀ ਬੱਚੀ ਜਿਹੜੀ ਹੈ ਉਹ ਉਹ ਮੇਰਾ ਸਾਡੇ ਪਰਿਵਾਰ ਦਾ ਨਾਂ ਜਿਹੜਾ ਵਾ ਉਹ ਕੁੱਲ ਦੁਨੀਆ 'ਚ ਰਸ਼ਨਾ ਗਈ ਵੱਡੀ ਗੱਲ ਹੈ ਕਿ ਸਾਡੀ ਬੇਟੀ ਇੱਕ ਪ੍ਰੇਰਨਾ ਸਰੋਤ ਬਣੀ ਹੈ ਹੋਰਾਂ ਲੋਕਾਂ ਦੇ ਲਈ ਕਿ ਅਸੀਂ ਵੀ ਆਪਣੇ ਅੰਗਦਾਨ ਕਰਕੇ ਜਿਹੜੇ ਕਿਸੇ ਹੋਰ ਦੇ ਜੀਵਨ 'ਚ ਉਜਾਲਾ ਕਰੀਏ ਮੈਂ ਪੀਜੀਆ ਚੰਡੀਗੜ੍ਹ ਵਿਖੇ ਜਦੋਂ ਬੇਟੀ ਦੇ ਇਲਾਜ ਦੌਰਾਨ ਔਖਾ ਸਮਾਂ ਦੇਖਿਆ ਜਾਂ ਬੇਟੀ ਦੇ ਜਾਣ ਤੋਂ ਬਾਅਦ ਜਦੋਂ ਅਸੀਂ ਇਹ ਫੈਸਲਾ ਲਿਆ ਕਿ ਆਪਣੇ ਬੇਟੀ ਦੇ ਜਿਹੜੇ ਉਹ ਅੰਗਦਾਨ ਕਰਦੀਏ ਤੇ ਉਸ ਵੇਲੇ ਸਾਨੂੰ ਜਦੋਂ ਇਹ ਪਤਾ ਲੱਗਾ ਕਿ ਕੇਬ ਕਲੀ ਪੀਜੀ ਚੰਡੀਗੜ੍ਹ ਵਿਖੇ ਇਹ ਬਹੁਤ ਵੱਡੀ ਸੂਚੀ ਆ ਜਿੰਨਾਂ ਲੋਕਾਂ ਨੂੰ ਇਹਨਾਂ ਅੰਗਾਂ ਦੀ ਲੋੜ ਆ ਤੇ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਜਿਹੜੇ ਆ ਉਹ ਆਪਣੇ ਅੰਗ ਜਿਹੜੇ ਆ ਮਰਨ ਤੋਂ ਬਾਅਦ ਆਪਣੇ ਜਾਂ ਆਪਣੇ ਪਿਆਰਿਆਂ ਦੇ ਉਹ ਦਾਨ ਕਰ ਦੇਣੇ ਚਾਹੀਦੇ ਆ ਇੱਕ ਤਾਂ ਸਾਡਾ ਸਰੀਰ ਜੋ ਮਰਨ ਤੋਂ ਬਾਅਦ ਮਿੱਟੀ ਹੋ ਜਾਂਦਾ ਜੀ ਧਰਮਿਕ ਰੋਹ ਰੀਤਾਂ ਦੇ ਮੁਤਾਬਕ ਕੋਈ ਜਲਾ ਦਿੰਦਾ ਕੋਈ ਦਵਾ ਦਿੰਦਾ ਅਸੀਂ ਸਾਡੀਆਂ ਹੱਡੀਆਂ ਤੱਕ ਜਿਹੜੀਆਂ ਉਹ ਪਾਣੀ ਚਵਾ ਦਿੱਤੀਆਂ ਜਾਂਦੀਆਂ ਤੇ ਅਸੀਂ ਕਿਉਂ ਨਾ ਆਪਣੇ ਵਿਛੜ ਗਏ ਨੂੰ ਜਿਹੜੇ ਕਿ ਆਰਗਨ ਸਾਡੇ ਜਿਹੜੇ ਆ ਉਹ ਮਰਨ ਤੋਂ ਬਾਅਦ ਵੀ ਕੋਈ ਸਮਾਂ ਜੀਵਤ ਰਹਿੰਦੇ ਆ ਕਿਉਂ ਨਾ ਅਸੀਂ ਆਪਣੇ ਪਿਆਰਿਆਂ ਦੇ ਅੰਗ ਜਿਹੜੇ ਆ ਕਿਸੇ ਹੋਰ ਨੂੰ ਦੇ ਕੇ ਉਹਦੇ ਚੋਂ ਆਪਣੇ ਪਿਆਰੇ ਨੂੰ ਵੇਖੀਏ ਤੇ ਇੱਕ ਗੁਰਨਾਨਕ ਸਾਹਿਬ ਦਾ ਜਿਹੜਾ ਸੁਨੇਹਾ ਮਨੁੱਖਤਾ ਦੀ ਸੇਵਾ ਦਾ ਸਰਬੱਤ ਦੇ ਭਲੇ ਦਾ ਤੇ ਉਹ ਵੀ ਅਸੀਂ ਜਿਹੜਾ ਉਹ ਸਕਾਰ ਕਰੀਏ ਤਾਂ ਜੋ ਸਾਡਾ ਆ ਕੋਲ ਦੁਨੀਆ ਦੇ ਵਿੱਚ ਜਿਹੜੀ ਆ ਉਹ ਇਨਸਾਨੀਅਤ ਦਾ ਪਿਆਰ ਦਾ ਭਾਈਚਾਰਕ ਸਾਂਝ ਦੱਸਣਿਆ ਜਿਹੜਾ ਉਹ ਜਾਵੇ ਅ ਦੇਖੋ ਜੀ ਸਾਡਾ ਪ੍ਰੋਜੈਕਟ ਪਿਸ਼ੋਕੜ ਅਸੀਂ ਦੇਸ਼ ਭਗਤਾਂ ਦਾ ਪਰਿਵਾਰ ਹੈ ਸਾਡਾ ਮੇਰੇ ਨਾਨਾ ਜੀ ਸਰਦਾਰ ਵਾਸਤੇਵ ਸਿੰਘ ਐਮਪੀ ਸਰਦਾਰ ਤੇਜ ਸਿੰਘ ਸਤੰਤਰ ਮੈਂ ਉਹਨਾਂ ਦਾ ਦੋਤਾ ਤੇ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਦੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਦਾ ਜਿਹੜਾ ਜ਼ਿਕਰ ਆ ਉਹ ਅਕਸਰ ਹੁੰਦਾ ਰਹਿੰਦਾ ਤੇ ਉਹਨਾਂ ਵੱਲ ਵੇਖ ਕੇ ਜਾਂ ਸਾਡੇ ਇੱਕ ਫੈਮਿਲੀ ਫਰੈਂਡ ਨੇ ਮੈਡਮ ਪ੍ਰਿਆ ਜੀ ਉਹਨਾਂ ਨੇ ਆਪਣੇ ਅੰਗਦਾਨਤ ਕੀਤੇ ਸੀ ਤੇ ਇਹਨਾਂ ਚੀਜ਼ਾਂ ਤੋਂ ਸਾਨੂੰ ਪ੍ਰੇਰਨਾ ਮਿਲੀ ਦੂਸਰਾ ਅਸੀਂ ਦੋਵੇਂ ਸਾਇੰਸ ਦੇ ਪੋਸਟ ਗ੍ਰੈਜੂਏਟ ਹਾਂ ਤੇ ਅਸੀਂ ਦੋਵਾਂ ਸਾਥੀਆਂ ਨੇ ਮੈਂ ਤੇ ਮੇਰੇ ਧਰਮਪਤਨੀ ਅਸੀਂ ਦੋਵਾਂ ਨੇ ਡਿਸੀਜਨ ਲਿਆ ਕਿ ਕਿਉਂ ਨਾ ਅਸੀਂ ਆਪਣੇ ਜਿਹੜੀ ਬੱਚੀ ਹੈ ਸਾਡੀ ਇੰਨੀ ਪਿਆਰੀ ਬੱਚੀ ਸਾਡੇ ਕੋਲ ਆਈ ਹੈ ਤੇ ਇੰਨੇ ਥੋੜੇ ਸਮੇਂ ਦੇ ਵਿੱਚ ਇੰਨਾ ਜੀਵਨ ਦੇ ਵਿੱਚ ਜੂਝ ਕੇ ਇਸ ਦੁਨੀਆ ਤੋਂ ਗਈ ਹੈ ਤੇ ਕੋਤਾ ਕੋ ਮਕਸਦ ਹੀ ਗਿਆ ਹੁੰਦਾ ਤੇ ਅਸੀਂ ਇਹ ਡਿਸਾਈਡ ਕੀਤਾ ਕਿ ਕਿਉਂ ਨਾ ਇਹਦੇ ਅੰਗ ਜਿਹੜੇ ਆ ਉਹ ਦਾਨ ਕਰਦੇ ਜਾਈਏ ਬੱਚੇ ਨੂੰ ਗਰਭ ਵਿੱਚ ਰੱਖ ਕੇ ਪਾਲਣਾ ਜਿਹੜਾ ਵਾ ਬਹੁਤ ਕਠਿਨ ਸਮਾਂ ਹੁੰਦਾ ਹੈ ਲੇਕਿਨ ਪਰਮਾਤਮਾ ਨੇ ਇੱਕ ਮਾਂ ਨੂੰ ਜਿਹੜਾ ਵਾ ਬਹੁਤ ਹੌਸਲਾ ਦਿੱਤਾ ਹੋਇਆ ਏ ਓਕੇ ਸਮੇ ਨੂੰ ਬੜੀ ਖੁਸ਼ੀ ਨਾਲ ਜਿਹੜਾ ਵਾ ਕੱਢ ਲੈਂਦੇ ਆ ਲੇਕਿਨ ਜਦੋਂ ਉਸਦੇ ਜਨਮ ਤੋਂ ਕੁਝ ਸਮਾਂ ਪਹਿਲਾਂ ਡਾਕਟਰ ਨੇ ਸਾਨੂੰ ਦੱਸਿਆ ਕਿ ਬੱਚੇ ਨੂੰ ਕੁਝ ਅਜਿਹੇ ਹੀ ਪ੍ਰੋਬਲਮ ਹੈ ਜਿਸ ਦੇ ਨਾਲ ਸ਼ਾਇਦ ਉਹਦੀ ਜਾਨ ਨੂੰ ਵੀ ਖਤਰਾ ਹੈ ਪਰ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਇਲਾਜ ਨਹੀਂ ਸੰਭਵ ਹੈ ਇਲਾਜ ਸੰਭਵ ਸੀ ਲੇਕਿਨ ਉਹਦੇ ਜਨਮ ਤੋਂ 24 ਦਿਨ ਬਾਅਦ ਹੀ ਜਿਹੜੀ ਹੈ ਸਾਡੇ ਬੱਚੇ ਨੂੰ ਕਾਰਡੀਆਕ ਅਰੇਸਟ ਆ ਗਈ ਸੀ ਸੋ ਜਿਸ ਕਰਕੇ ਬੱਚਾ ਜਿਹੜਾ ਸਾਡੇ ਕੋਲ ਨਹੀਂ ਰਿਹਾ ਬਹੁਤ ਦੁਖਦਈ ਸਮਾਂ ਸੀ ਜਿੰਨੀ ਦੇਰ ਵੀ ਉਸ ਬੱਚੇ ਦਾ ਇਲਾਜ ਚੱਲਿਆ ਉਸ ਬੱਚੇ ਨੇ ਬਹੁਤ ਕਸ਼ਟ ਪੀ ਗਿਆ ਪਰ ਸ਼ਾਇਦ ਇਹ ਬਹੁਤ ਦਿਲਦਾਰੀ ਸਮਾ ਸੀ ਪਰ ਸ਼ਾਇਦ ਪ੍ਰਮਾਤਮਾ ਨੂੰ ਹੀ ਮਨਜ਼ੂਰ ਸੀ ਅ ਬੜਾ ਜੀ ਮਾਨ ਮਹਿਸੂਸ ਹੋ ਰਿਹਾ ਹੈ ਸਾਡੇ ਪੰਜਾਬ ਦੇ ਦੇਸ਼ਵਾਸੀਆਂ ਨੇ ਤਾਂ ਸਾਨੂੰ ਮਾਨ ਦਿੱਤਾ ਹੀ ਸੀ ਲੇਕਿਨ ਅਜ ਪ੍ਰਧਾਨ ਮੰਤਰੀ ਜੀ ਨੇ ਵੀ ਜਿਹੜਾ ਵਾ ਅ ਇਮਾਨ ਦਿੱਤਾ ਔਰ ਸਾਡੀ ਪਛਾਣ ਜਿਹੜੀ ਆ ਅ ਪੂਰੇ ਪੰਜਾਬ ਚ ਔਰ ਪੂਰੇ ਵਿਸ਼ਵ ਦੇ ਵਿੱਚ ਬਣਾਈ ਆ ਔਰ ਉਸ ਸਾਡੇ ਬੱਚੀ ਦੇ ਕਰਕੇ